हाँ जी भाजी की नाम है कि आए हो तुम SMO दफ्तर किन्ने देर हो गए खड़े थे ਕੀ ਕਹਿਣਾ ਚਾਹੁੰਦੇ ਤੁਸੀਂ ਇੱਥੇ ਆਏ ਹੋ ਅਸੀਂ ਕਹਿਣਾ ਕਿ ਜਿਹੜੇ ਫੀਸਾਂ ਭਰਤੀਆਂ ਜੀ ਦੋ ਦਿਨ ਹੋ ਗਏ ਧੱਕੇ ਖਾਦਾਂ ਨੂੰ ਕੱਲ ਕਹਿੰਦੇ 30 ਕੇਸ ਕੱਢਾਂਗੇ ਆ ਪਿੰਡਾਂ ਚੋਂ ਜ਼ਿਮੀਂਦਾਰ ਆਏ ਚਲੋ ਅਸੀਂ ਤਾਂ ਲੋਕਲ ਆਏ ਆ ਪਿੰਡਾਂ ਜਿਹੜੇ ਜ਼ਿਮੀਂਦਾਰ ਆਏ ਆ ਰੋਜ਼ ਰੋਜ਼ ਧੱਕੇ ਖਾਂਦੇ ਆ ਉਹ ਬੰਦਾ ਗਲਤ 40 ਕਿਲੋਮੀਟਰ ਫੇਰ ਉਹ ਮੋੜ ਦਿੰਦੇ ਵੀ ਅੱਜ ਵੀ ਤੁਹਾਡਾ ਕੱਲ ਨੂੰ ਆਇਓ ਜਦੋਂ ਆਪਾਂ ਫੀਸਾਂ ਭਰੀ ਜਾਂਦੇ ਆ ਸਭ ਕੁਝ ਦੇਈ ਜਾਂਦੇ ਫੇਰ ਕਿਉਂ ਨਹੀਂ ਇਹ ਜਿਹਨਾਂ ਦੇ ਡਿਊਟੀ ਆਉਂਦੀ ਤਾਂ ਡਿਊਟੀ ਕਰੋ ਨਾ ਕੀ ਨਾਮ ਹੈ ਬਾਈ ਤੁਹਾਡਾ ਪਰਜੇਸ਼ ਕੁਮਾਰ ਕਿਵੇਂ ਖੜੇ ਆ ਸਮੂਹ ਦਫ਼ਤਰ ਤੁਸੀਂ ਸਮਾਸੋ ਮੈਡੀਕਲ ਸਰਟੀਫਿਕੇਟ ਲੈਣ ਆਏ ਸੀਗੇ ਬਾਕੀ ਡਾਕਟਰ ਸਾਹਿਬ ਤੋਂ ਫੜਾ ਲਿਆ ਡਾਕਟਰ ਸਾਹਿਬ ਇੱਥੇ ਖੜੇ ਆ ਸੀ ਡੇਢ ਲੋਕਾਂ ਨੇ ਕੀ ਕਹਿੰਦੇ ਚਾਹੁੰਦੇ ਜਿਹੜਾ ਬਾਹਰ ਆਪਣੇ ਸੋਸ਼ਲ ਡਿਸਟੈਂਸ ਨੂੰ ਖਿਆਲ ਨਹੀਂ ਰੱਖਦੇ ਅਸੀਂ ਬਹੁਤ ਮਰੀਜ਼ਾਂ ਨੂੰ ਸਮਝਾਉਣੇ ਆ ਤੁਹਾਨੂੰ ਵੀ ਬੇਨਤੀ ਹੈ ਪ੍ਰੈਸ ਵਾਲਿਆਂ ਨੂੰ ਕਿ ਤੁਸੀਂ ਵੀ ਆਪਣੀ ਡਿਊਟੀ ਸਮਝਦੇ ਹੋਏ ਇਸ ਸੁਸਾਇਟੀ ਪ੍ਰਤੀ ਕਿਉਂਕਿ ਤੁਸੀਂ ਵੀ ਸੁਸਾਇਟੀ ਦੇ ਮੈਂਬਰ ਹੋ ਤੁਸੀਂ ਇਹਨਾਂ ਨੂੰ ਸਮਝਾਇਆ ਕਰੋ ਤੁਸੀਂ ਵੀ ਹੁਣ ਬਾਹਰ ਜਾਓਗੇ ਇਹਨਾਂ ਨੂੰ ਸਾਰਿਆਂ ਨੂੰ ਦੂਰ ਦੂਰ ਜਾ ਕੇ ਇੱਕ ਵਾਰੀ ਕੋਸ਼ਿਸ਼ ਕਰਿਓ ਕਰਨ ਦੀ ਅਸੀਂ ਵੀ ਕਰਦੇ ਹਾਂ ਆਪਾਂ ਸਾਰੇ ਰਲ ਮਿਲ ਕੇ ਕਰਦਾ ਮੈਂ ਇਕੱਲਾ ਨਹੀਂ ਕਰਦਾ ਇਹਨਾਂ ਨੇ ਸਰ ਕਿਹਾ ਵੀ ਦੋ ਦੋ ਘੰਟੇ ਸਾਨੂੰ ਹੋ ਗਏ ਵੀ ਬਾਹਰ ਖੜੇ ਨੂੰ ਤੇ ਸਾਡੀ ਫਾਈਲ ਨਹੀਂ ਸਾਈਨ ਹੋ ਰਹੀ ਉਹਦਾ ਕੀ ਮਾਮਲਾ ਸੀਗਾ ਪਹਿਲਾਂ ਕਦੋਂ ਦੀਆਂ ਸਾਈਨ ਹੋ ਕੇ ਚਲੀਆਂ ਗਈਆਂ ਨਹੀਂ ਹੁਣ ਗਈ ਜੀ ਫਾਈਲ ਤਾਂ ਮੇਰੇ ਸਾਹਮਣੇ ਗਈ ਹੈ ਫਾਈਲ ਦੇਖੋ ਟਾਈਮ ਹਰੇ ਕੰਮ ਤੇ ਟਾਈਮ ਤਾਂ ਲੱਗਣਾ ਹੈ ਮੈਂ ਆਫਿਸ ਗਿਆ ਹਾਂ ਹੋਰ ਡਿਊਟੀ ਕਰਨੀ ਹੈ ਉਹ ਕਰਕੇ ਆ ਕੇ ਕਰੂੰਗਾ ਸਾਈਨ ਮੈਂ ਦਫ਼ਤਰ 'ਚ ਸੀਗਾ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਸਾਡਾ ਨਾਮ ਹੈ ਜੀ ਕੌਰ ਸਿੰਘ ਜੀ ਕੀ ਕਹਿੰਦੇ ਚਾਹੁੰਦੇ ਜਿਹੜੇ ਤੁਸੀਂ ਅੱਜ ਆਏ ਸੀ ਇੱਥੇ SMO ਦਫ਼ਤਰ ਕੱਲ੍ਹ ਵੀ ਆਏ ਕੱਲ੍ਹ ਕਹਿੰਦੇ ਕੱਲ੍ਹ ਨੂੰ ਆ ਜਾਓ ਜੀ ਅੱਜ ਫੇਰ ਆਏ ਅੱਜ ਮਤਲਬ 8 ਵਜੇ ਦੇ ਅਸੀਂ ਆਏ ਹੋਏ ਹਾਂ ਤੇ ਮਤਲਬ ਬਿਠਾਈ ਰੱਖਿਆ ਸਾਨੂੰ ਉਸ ਤੋਂ ਬਾਅਦ ਉੱਠ ਕੇ ਬਾਹਰ ਚਲੇ ਗਏ ਉਸ ਤੋਂ ਬਾਅਦ ਜਦੋਂ ਮੀਡੀਆ ਆ ਗਈ ਫਿਰ ਸਾਈਨ ਕਰਕੇ ਸਾਨੂੰ ਮੀਡੀਆ ਨੂੰ ਦੇ ਕੇ ਫਟਾਫਟ ਸਾਨੂੰ ਫਾਈਲਾਂ ਫੜਾ ਦਿੱਤੀਆਂ ਉਹਨਾਂ ਚਿਰ ਸਾਨੂੰ ਫਾਈਲਾਂ ਨਹੀਂ ਦਿੱਤੀਆਂ ਜੀ ਇਕੱਠ ਬਹੁਤ ਜ਼ਿਆਦਾ ਰਸ਼ ਹੋ ਗਿਆ ਸੀ ਅਤੇ ਸਾਡੀ ਕੋਈ ਗੱਲ ਨਹੀਂ ਸੁਣੀ ਸਾਨੂੰ ਕੋਈ ਫਾਈਲਾਂ ਦੇ ਰਿਹਾ ਫੀਸਾਂ ਵੀ ਭਰ ਦਿੱਤੀਆਂ ਅਤੇ ਮੀਡੀਆ ਦੇ ਆਏ ਤੋਂ ਸਾਨੂੰ ਫਾਈਲਾਂ ਮੀਡੀਆ ਫਟਾਫਟ ਫੜਾ ਦਿੱਤੀਆਂ